ਅੱਗੇ ਕੀ ਕਹਿਣਾ ਯਾਰ, ਇਹਨੂੰ ਬੰਦ ਕਰ। ਏਦਾਂ ਹੀ ਅੱਜ YouTube ਤੇ ਚਾੜਨੀ ਹੈ ਮੈਂ ਸਾਰੀ ਗੱਲ। ਯਾਰ ਦੱਸਦੇ ਹੂ ਯਾਰ, ਭਾਈ ਸਾਂਬਾ ਗਏ ਸੀ, ਅੱਧਾ ਬਸ ਸੁੱਤਾ ਹੋਇਆ ਸੀ। ਅੱਛਾ, ਮੈਂ ਸੁਬਾ ਸੁਬਾ ਸਾਰਾ ਦੋਸਤ ਆਇਆ ਕਿ ਮੇਰਾ ਫੋਨ ਕਿਆ ਕਹਾ, ਮੈਂ ਕਿਆ ਕਰਕੇ ਬਾਇ, ਮੈਂ ਘਾੜੂ ਮੈਂ ਉੱਠ ਆਇਆ। ਦੋਸਤਾਂ ਨੇ ਕਿਹਾ ਚਲਾ ਬੈਠਾ, ਮੈਂ ਆਇਆ ਹੋ ਤੋ ਨਾ ਇੱਕ ਦੋ ਸ਼ਰਟ ਆਪਣੀ ਨਾ ਰਾਤ 3:30 ਵਜੇ ਰਾਤ ਕੋ ਨਾ ਸ਼ਾਇਦ ਵਾਪਿਸ ਆ ਜਾਓ ਸੁਬਾ ਹਮਰ 5 ਵਜੇ ਗਏ, 3 ਵਜੇ ਕਹਤੇ 5 ਵਜੇ ਆ ਜਾਏਗਾ ਵਹਾਂ ਪੇ ਸਾਂ ਬਸ ਨਿਕਲ ਗਏ ਨੇ ਸਾਂ ਸਾਂ ਬਸ। ਤੇ ਭਾਈ ਤਕਰੀਬਨ ਕਹਿੰਦਾ ਕਿ ਹਸੀਨਾ ਉਧਰ ਮੋਟਰ ਵਿੱਚ ਟਾਇਰ ਪੈਂਚਰ ਹੋਈ ਹੋਇਆ, ਟਾਇਰ ਵੀ ਚੇਂਜ ਕਰਿਆ, ਐਲਸੀਡੀ ਵੀ ਖਰਾਬ ਸੀ, ਐਲਸੀਡੀ ਵੀ ਠੀਕ ਕਰਾਈ ਅਸੀਂ, ਬਾਕੀ ਗੱਡੀ ਦਾ ਪਾਣੀ ਸ਼ਾਣੀ ਵੀ ਫਰਕ ਲਾਇਆ। ਤੇ ਅਸੀਂ ਤਕਰੀਬਨ 4:30-5 ਵਜੇ ਅਸੀਂ ਘਰ ਦੇ ਬਾਹਰ ਆ ਗਏ ਸ਼ਾਮ ਵਾਲੇ। ਯਾਰ ਮੈਨੂੰ ਇੱਕ ਗੱਲ ਦੱਸੋ, ਇੱਕ ਗੱਲ ਦੱਸੋ, ਉਹ ਬੀਏ ਠੀਕ ਹੈ ਜਾ ਰਹੀ ਐਵੇਂ ਤੇਰੇ ਪਾਪਾ ਨੂੰ ਸੈਂਡ ਕਰ ਦੀ, ਸੈਂਡ ਕਰ ਦੇ ਮੇਰੇ ਲੋ ਹਜ਼ਾਰ ਦਫਾ ਕਰ। ਅੱਛਾ ਚੱਲ ਅੱਗੇ, ਕਿਉਂਕਿ ਉਹ ਤਰਬੀਅਤ ਹੀ ਇੰਜ ਹੋਈ ਹੋਈ ਹੈ। ਅੱਛਾ ਮੈਨੂੰ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ। ਅੱਛਾ ਮੈਨੂੰ ਇੱਕ ਗੱਲ ਤੂੰ ਦੱਸ ਕਿ ਉਹ V8 ਉਹ V8 ਨਹੀਂ ਲੈਂਡ ਕਰੂਜ਼ਰ ਤੂੰ ਕਹਿਣ ਦਿਆ ਹੈ ਯਾਰ, V8 ਗੱਡੀ ਦਾ ਨਾਮ ਹੈ। ਉਹ ਚੱਲ ਠੀਕ ਹੈ। ਅੱਛਾ ਤੇ ਅੱਛਾ ਫਿਰ ਇਹਨੇ ਟਾਇਰ ਵੀ ਬਦਲਾਏ, ਇਹਨੇ ਟੂਪਾਂ ਵੀ ਬਦਲਾਈਆਂ, ਇਹਨੇ ਉਹਦਾ ਇੰਜਨ ਆਇਲ ਚੇਂਜ ਕਰਵਾ ਕੇ ਫਿਰ ਗਿਆ, ਫਿਰ LCD ਖਰਾਬ ਹੋ ਗਈ, LCD ਸਹੀ ਕਰਵਾਈ। ਕਿੰਨੇ ਘੰਟਿਆਂ 'ਚ ਇਹਨੇ ਸਾਰਾ ਕੰਮ ਕਰਵਾਇਆ? 1.5 ਘੰਟੇ ਦੇ ਵਿੱਚ। ਯਾਰ ਮੈਂ ਕਹਿੰਦਾ ਇਹਦੀ ਹਿੰਮਤ ਹੈ ਕਿ ਇਹਨੇ 1.5 ਘੰਟੇ ਦੇ ਵਿੱਚ ਸਾਰਾ ਕੰਮ ਕਰ ਲਿਆ। ਭਾਈ ਮਾਰੋ ਮੁਝੇ, ਮਾਰੋ ਮਾਰੋ ਮੁਝੇ, ਮਾਰੋ ਮਾਰੋ, ਨਹੀਂ ਇਹ ਮਜ਼ਾਕ ਹੋ ਰਿਹਾ, ਇੱਕ ਸੈਕਿੰਡ। ਕਹਿੰਦਾ ਯਾਰ ਮੈਂ ਮੁਹੰਮਦ ਦੇ ਨਾਲ ਗਿਆ ਸੀ ਸਟੋਰ ਤੇ ਕੋਈ। ਅੱਛਾ ਮਨਾ ਗੱਲ ਕਹਿੰਦਾ ਬੈਠੇ, ਹਾਂ ਇਹ ਸਰ ਹਾਂ ਬਾਕ ਸਨਾ ਕੋਈ ਨਾ ਛੇੜ ਕੇ ਬਿਕ ਗਿਆ, ਮੈਂ ਆਇਆ ਮਮਾ ਕਿਤੇ ਮੁਝੇ ਛੇੜ ਕੇ ਗਿਆ ਲਹਾਂਗਾ। ਕਹਿੰਦਾ ਮੈਂ ਨਾ ਦੁਆ ਕੋ ਫੋਨ ਕੀ ਆ ਯਾਰ, ਆ ਨਾ ਮਮਾ ਕੋ ਛੇੜ ਕੇ ਗਿਆ ਲੱਗਾ। ਕਹਿੰਦਾ ਤੂੰ ਨਾ ਮੋ ਫੋਨ ਬੰਦ ਕਰ, ਤੂੰ ਮੇਰੇ ਪਾਸ ਇਹ ਬਤਾ ਉਹ ਗਿਆ ਕਾ ਕਾ ਹੈ ਇਸੇ ਕਾ ਉਹ ਪੁਲ ਕੋ ਉਪਰ ਆਇਆ ਤਾਂ। ਅੱਛਾ ਤਾਂ ਮੈਂ 2 ਮਿੰਟ ਬਾਅਦ ਫੋਟੋ ਆਈ ਉਸਕੀ, ਉਸਕੋ ਮਾਰ ਮਾਰ ਕੇ ਤੂੰ ਦਫਨਾ ਦਿਆ, ਦੁਮਾ ਬਣਾ ਦਿਆ। ਅੱਲਾ ਇਬਰਾਹਿਮ ਤੇਰੇ ਯਾਰ ਇੱਥੇ ਹੈ ਵੀ ਯਾਰ, ਵੇ ਇੱਧਰ ਵੇ ਓਏ ਇਬਰਾਹਿਮ, ਮੇਰੀ ਬੜੀ ਲੜਾਈ ਹੁੰਦੀ ਯਾਰ, ਮੈਨੂੰ ਆਪਣਾ ਨੰਬਰ ਦੇ, ਮੈਨੂੰ ਤੇਰੀ ਲੋੜ ਪੈ ਸਕਦੀ ਹੈ। ਲੈ ਨੰਬਰ ਅੱਗੇ। ਗਜਬ ਬੇਇੱਜ਼ਤੀ ਹੈ। ਮੋਹਿਤ ਤੂੰ ਵੀ ਯਾਰ ਕੋਈ ਗੱਲਬਾਤ ਦੱਸ, ਕੋਈ ਇਹਦੀ ਗੱਲਬਾਤ ਕੋਈ, ਤੈਨੂੰ ਵੀ ਗੱਲਬਾਤ ਦੱਸੀ ਹੋਣੀ ਹੁਣ। ਨਹੀਂ ਮੈਨੂੰ ਨਹੀਂ, ਹਮਜ਼ਾ ਵੀ ਦੱਸਦਾ ਰਹਿੰਦਾ। ਅੱਛਾ ਇਹਨੇ ਮੈਨੂੰ ਵੀ ਇੱਕ ਗੱਲ ਇਹਨੇ ਆਖੀ ਸੀ, ਕਹਿੰਦੀ ਸੀ ਕਹਿੰਦਾ ਕਿ ਮੈਂ ਨਾ, ਕਹਿੰਦਾ ਮੈਂ ਉੱਥੇ ਫਿਊਜੀ ਮਾਰਟ ਤੇ ਗਿਆ ਸਾਂ, ਤੇ ਮੈਂ 70 ਜਿਹੜੀ ਜਿਹਨੂੰ ਲਵਾਈ ਉਹ ਗੱਡੀ, ਕਹਿੰਦਾ ਮੈਂ ਗਿਆ ਉੱਥੇ ਟਾਇਰ ਪੈਂਚਰ ਹੋ ਗਿਆ, ਕਹਿੰਦਾ ਮੇਰੇ ਕੋਲ ਰੁਪਈਆ ਵੀ ਨਹੀਂ ਸੀ ਹੈ, ਤੇ ਮੈਂ ਉੱਥੇ ਯਾਰ ਨੂੰ ਫੋਨ ਕੀਤਾ, ਉਹਨੇ ਕਿਹਾ ਕਿੰਨੇ ਪੈਸੇ ਚਾਹੀਦੇ ਨੇ, ਮੈਂ ਤੈਨੂੰ ਦੇਣਾ ਵਾ, ਦੱਸ ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ? ਮੇਰੇ ਯਾਰ ਨੇ ਮੈਨੂੰ ਆਖਿਆ ਇਬਰਾਹਿਮ ਪੈਂਚਰ ਕਿਉਂ ਹੋਇਆ ਤੇਰੀ ਗੱਡੀ ਨੂੰ?
ਯਾਰ ਕਿਲ ਕਿੱਥੇ ਖੁੱਬਾ ਮੈਨੂੰ ਜਗ੍ਹਾ ਦੱਸ ਮੈਂ ਉਹ ਥਾਂ ਭਰਨਾ ਠੀਕ ਹੈ ਤੇ ਇਹਦਾ ਯਾਰ ਫਿਰ ਕਹਿੰਦਾ ਇਬਰਾਹਿਮ ਪੈਂਚਰ ਨਹੀਂ ਲਵਾਉਣਾ ਟੂਬ ਹੀ ਪਵਾਉਣੀ ਹੈ ਨਵੀਂ ਜੋ ਮਰਜ਼ੀ ਹੋਈ ਗੱਡੀ ਦੀ ਟੂਬ ਪਵਾਉਣੀ ਨਵੀਂ ਬਸ ਮੋਟਰਸਾਈਕਲ ਦੀ ਠੀਕ ਹੈ ਉਹਨੇ ਕਿਹਾ ਜਿਹੜਾ ਨਾ ਟੂਬ ਉਹ ਵਧੀਆ ਪਵਾਉਣੀ ਹੈ ਐਵੇਂ ਕੋਈ 4-5 ਹਜ਼ਾਰ ਦੀ ਨਹੀਂ ਟਾਇਰ ਟੂਬ ਨਵਾਂ ਪਵਾਉਣਾ ਜਿਹੜਾ 12-13 ਹਜ਼ਾਰ ਰੁਪਈਏ ਦਾ ਦੱਸ ਇੰਜ ਨਹੀਂ ਆਖਿਆ ਐ ਅਬਦਰਮਾਨ ਤੂੰ ਯਾਰ ਕੋ ਗੱਲ ਦੱਸ ਤੇਰੇ ਨਾਲ ਤੇਰੀ ਵਾਵਾ ਯਾਰੀ ਦੋਸਤੀ ਹੈ ਹੈਂ ਆਂਦਾ ਕਿ ਮੈਂ ਇਸਲਾਮਾਬਾਦ ਆਇਆ ਦਾ ਅੱਛਾ 79 ਵੀਕ ਮੈਂ ਆਪਣੇ ਦੋਸਤ ਕੇ ਦਾ ਅੱਛਾ ਇਸ ਵਾਕੇ ਗੱਲ ਕਰਤਾ ਥੋੜੀ ਜੀਟੀ ਰੋਡ ਮੈਂ 400 ਦੀ ਸਪੀਡ ਦਾ ਉਹ ਗੱਲ ਦੱਸੋ ਯਾਰ ਜਿਹੜੀ ਆਂਦਾ ਸੀ ਮੇਰਾ ਦੋਸਤ ਮੇਰੇ ਘਰ ਆਇਆ ਸੀ ਤੇ ਉਹ ਮੈਨੂੰ ਲੈ ਗਿਆ ਸੀ ਮਰੀ ਅਸੀਂ ਰਾਤ ਪਿਓ ਦੇ ਸੁੱਤਣ ਤੋਂ ਪਹਿਲਾਂ ਹੀ ਆ ਪਾਪਾ ਸੋਏ ਪਾਪਾ ਦਾ ਫੋਰਟ ਉਠਾ ਲਿਆ ਗਾਈਜ਼ ਯੇ ਬੰਦਾ ਐਸਾ ਛੱਡੂ ਹੈ ਐਸਾ ਛੱਡੂ ਹੈ ਇਹ ਇਸਕਾ ਵਸ ਚਲੇ ਯੇ ਕਹੇ ਕਿ ਮੈਂ ਰਾਤੋ ਰਾਤ ਸਾਊਦੀ ਅਰਬ ਸੇ ਹੋ ਕੇ ਆਇਆ ਠੀਕ ਹੈ ਨਾ ਇਹ ਉਠਾ ਲੇ ਰੇ ਦੇਵਾ ਉਠਾ ਲੇ ਰੇ ਬਾਬਾ ਮੁਝੇ ਅਮੀਰ ਕੋ ਨਹੀਂ ਰੇ ਯੇ ਦੋ ਗਰੀਬੋ ਕੋ ਉਠਾ ਅੱਜ ਕਾ ਕਰਤੇ ਹੈ ਵਲੋਗ ਖਤਮ ਇਨਸ਼ਾਅੱਲਾ ਮਿਲੇਂਗੇ ਕੱਲ ਕੀ ਵੀਡੀਓ ਮੇ ਤਬ ਤੱਕ ਲਈ ਇਜਾਜ਼ਤ ਦੀਜੀਏ ਅੱਲਾਹ ਹਾਫਿਜ਼ ਦੁਆਓਂ ਮੈਂ ਆਪਣੇ ਭਾਈ ਕੋ ਯਾਦ ਕਰੀਏਗਾ ਲਵ ਯੂ ਓਕੇ